ਇਹ ਗੱਲ ਕਰੀਏ ਗੈਂਗਸਟਰਾਂ ਦੀ ਗੈਂਗਸਟਰਾਂ ਦੇ ਵਕੀਲ ਹੁਣ ਮੋਦੀ ਦੇ ਨਿਸ਼ਾਨੇ ਤੇ ਆ ਗਏ ਜੀ ਹਾਂ ਬਿਲਕੁਲ ਪ੍ਰਵੀਨ ਜੀ ਲਗਾਤਾਰ ਗੈਂਗਸਟਰਾਂ ਨੂੰ ਲੈ ਕੇ ਉਹਨਾਂ ਨਾਲ ਤਾਲਮੇਲ ਰੱਖਣ ਵਾਲੀਆਂ ਧਿਰਾਂ ਨੂੰ ਲੈ ਕੇ ਜਾਂ ਉਹਨਾਂ ਦੇ ਠਹਿਰਾਵ ਕਰਾ ਜਾਂ ਪੁਲਿਸ ਨਾਲ ਉਹਨਾਂ ਦੇ ਰਿਸ਼ਤੇ ਨਾਤੇ ਨੂੰ ਲੈ ਕੇ ਲਗਾਤਾਰ ਜਾਂਚ ਪੜਤਾਲ ਹੁੰਦੀ ਰਹੀ ਹੈ ਸੋ ਇਸ ਨੂੰ ਲੈ ਕੇ ਖਾਸ ਕਰ ਸਿੱਧੂ ਮਸੇਵਾਲੇ ਦੇ ਕਤਲ ਤੋਂ ਬਾਅਦ ਜਿਵੇਂ ਸੁਰੱਖਿਆ ਏਜੰਸੀਆਂ ਜਾਂਚ ਏਜੰਸੀਆਂ ਚੌਕਸ ਹੋਈਆਂ ਨੇ ਉਸੇ ਤਹਿਤ ਜਿਹੜੀ ਐਨਆਈਏ ਹੈ ਉਹਦੀ ਟੀਮ ਨੇ ਛਾਪੇਮਾਰੀ ਕੀਤੀ ਖਾਸ ਕਰਕੇ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਤੇ ਚੰਡੀਗੜ੍ਹ ਸੋ ਪੰਜ ਸੂਬਿਆਂ ਨੂੰ ਜੇਕਰ ਆਪਾਂ ਦੇਖੀ ਤਾਂ ਉਹਨਾਂ ਸੂਬਿਆਂ ਦੇ ਵਿੱਚ ਮਤਲਬ ਕਿ ਗੈਂਗਸਟਰਾਂ ਦੇ ਘਰਾਂ 'ਚ ਹੀ ਨਹੀਂ ਉਹਨਾਂ ਦੇ ਟਿਕਾਣਿਆਂ 'ਚ ਨਹੀਂ ਉਹਨਾਂ ਦੇ ਮਿਲਣ ਵਰਤਨ ਵਾਲਾਂ ਦੇ ਟਿਕਾਣਿਆਂ 'ਚ ਨਹੀਂ ਵਕੀਲਾਂ ਦੇ ਉੱਤੇ ਵੀ ਛਾਪੇਮਾਰੀ ਹੋਈ ਸੋ ਸ਼ੈਲੀ ਸ਼ਰਮਾ ਨਾਂ ਦੀ ਵਕੀਲ ਹੈ ਜਿਹੜੀ ਉਹ ਮਤਲਬ ਕਿ ਗੈਂਗਸਟਰਾਂ ਦੇ ਜ਼ਿਆਦਾਤਰ ਕੇਸ ਲੜਦੀ ਹੈ ਉਹਦੇ ਘਰੇ ਛਾਪੇਮਾਰੀ ਹੋਈ ਔਰ ਉਹਦੇ ਮੋਬਾਈਲ ਵੀ ਲੈ ਗਏ ਇਸੇ ਤਰ੍ਹਾਂ ਬਟਿੰਡਾ ਦਾ ਇੱਕ ਵਕੀਰ ਹੈ ਉਹਦੇ ਵੀ ਮੋਬਾਈਲ ਕਹਿੰਦੇ ਜ਼ਬਤ ਕਰ ਲਏ ਗਏ ਨੇ ਸੋ ਇਸ ਲਈ ਉਸ ਦੇ ਮੋਬਾਈਲਾਂ ਨੂੰ ਜ਼ਬਤ ਕਰਨਾ ਤੇ ਉਹ ਸਾਰਾ ਪਹਿਲੂ ਤੇ ਇਸ ਨੂੰ ਲੈ ਕੇ ਵਕੀਲ ਨਾਰਾਜ਼ ਵੀ ਨੇ ਤੇ ਵਕੀਲਾਂ ਦੀ ਬਾਹਰ ਐਸੋਸੀਏਸ਼ਨ ਸਾਹਮਣੇ ਵੀ ਆ ਗਈ ਹੈ ਉਹਨਾਂ ਨੇ ਬੰਦ ਦੀ ਮਤਲਬ ਕਿ ਕਾਲ ਵੀ ਦੇ ਦਿੱਤੀ ਹੈ ਕਿ ਅਸੀਂ ਕੰਮ ਨਹੀਂ ਕਰਾਂਗੇ ਅਦਾਲਤਾਂ ਦੇ ਵਿੱਚ ਕਿ ਤੱਕੇਸ਼ਾਈ ਹੈ ਦੂਸਰੇ ਪਾਸੇ ਐਨਆਈਏ ਕਹਿੰਦੀ ਕਿ ਜੀ ਸਾਡਾ ਇਹ ਵਕੀਲਾਂ ਨੂੰ ਤੰਗ ਕਰਨ ਦਾ ਕੋਈ ਪਹਿਲੂ ਨਹੀਂ ਹੈ ਪਰ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਇੱਕ ਹੀ ਵਕੀਲ ਕੋਲ ਸਾਰੇ ਗੈਂਗਸਟਰਾਂ ਦੇ ਕੇਸ ਕਿਉਂ ਜਾਂਦੇ ਨੇ ਉਹ ਕਹਿੰਦੀ ਕਿ ਮੇਰੀ ਪਰਫੋਰਮੈਂਸ ਬਹੁਤ ਵਧੀਆ ਹੈ ਮੈਂ ਕੇਸਾਂ ਨੂੰ ਹੈਂਡਲ ਲੈਣੇ ਵਧੀਆ ਕਰਦੀ ਆ ਇਸ ਲਈ ਇੱਕ ਤੋਂ ਇੱਕ ਅੱਗੇ ਆਪੇ client ਫਿਰ ਅੱਗੇ ਦੇ ਜਾਂਦਾ ਪਰ ਦੂਸਰੇ ਪਾਸੇ ਐਨਆਈਏ ਦਾ ਇਹ ਪੱਖ ਹੈ ਉਹ ਕਹਿੰਦੀ ਕਿ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਗੈਂਗਸਟਰ ਆਪਣੇ ਸਨੇਹੀ ਅੱਜਕੱਲ੍ਹ ਫੋਨ ਰਾਹੀਂ ਦੇਣ ਦੀ ਬਜਾਏ ਪੁਲਿਸ ਰਾਹੀਂ ਦੇਣ ਦੀ ਬਜਾਏ ਵਕੀਲਾਂ ਰਾਹੀਂ ਪਹੁੰਚਾਉਣ ਲੱਗੇ ਨੇ ਸੋ ਕਹਿੰਦੇ ਅਸੀਂ ਇਸ ਪੇਡਲ ਜਾਂਚ ਕਰ ਰਹੇ ਹਾਂ ਇਸੇ ਲਈ ਅਸੀਂ ਮੋਬਾਈਲ ਜਬਟ ਕੀਤੇ ਨੇ ਇਸੇ ਲਈ ਅਸੀਂ ਗੱਲਬਾਤ ਕਰ ਰਹੇ ਹਾਂ ਇਸੇ ਲਈ ਅਸੀਂ ਛਾਪੇਮਾਰੀ ਕੀਤੀ ਹੈ ਕਿ ਸਾਨੂੰ ਇਹ ਕਿਉਂਕਿ ਵਕੀਲ ਦਾ ਪਹੁੰਚ ਕਰਨਾ ਬਹੁਤ ਆਸਾਨ ਹੈ ਪ੍ਰਵੀਨ ਜੀ ਸੋ ਅਬ ਕਲਾਇੰਟ ਨੂੰ ਮਿਲਣ ਜਾਣਾ ਕੈਦੀ ਨੂੰ ਜੇਲ੍ਹ ਚ ਮਿਲਣ ਜਾਣਾ ਜਾਂ ਜਿਹੜਾ ਇਹ ਜੁਡੀਸ਼ੀਅਲ ਰਸਤੇ ਵਿੱਚ ਹੈ ਉਹਨੂੰ ਮਿਲਣ ਜਾਣਾ ਉਹਨਾਂ ਨਾਲ ਮੁਲਾਕਾਤ ਉਹਨਾਂ ਨੂੰ ਮਤਲਬ ਕਿ ਕੱਲਿਆਂ ਰਹਿ ਕੇ ਮੌਕਾ ਮਿਲ ਜਾਂਦਾ ਸੋ ਇਹਦੀ ਆਰਡ ਦੇ ਵਿੱਚ ਐਨਆਈਏ ਨੂੰ ਲੱਗਦਾ ਕਿ ਹੋ ਸਕਦਾ ਕੋਈ ਵਕੀਲ ਉਹਨਾਂ ਨਾਲ ਗਾਟ ਸਾਟਗਾਂਟ ਕਰਕੇ ਉਹਨਾਂ ਦੀ ਸੂਚਨਾਵਾਂ ਦਾ ਜ਼ਾਨ ਪ੍ਰਦਾਨ ਕਰਦਾ ਹੋਵੇ ਉਹਨਾਂ ਦੇ ਧੰਦੇ 'ਚ ਨਾ ਸ਼ਾਮਲ ਹੋ ਗਿਆ ਹੋਵੇ ਇਹ ਜਿਹੜਾ ਪ੍ਰਸ਼ਨਚਨ ਐਨਆਈਏ ਨੇ ਲਾਇਆ ਇਹ ਬਹੁਤ ਖਤਰਨਾਕ ਹੈ ਇਹਦੇ ਨਾਲ ਕਿਉਂਕਿ ਵਕੀਲਾਂ ਨਾਲ ਟੱਕਰਾਂ ਮਤਲਬ ਕਿ ਦੇਸ਼ ਭਰ ਦੇ ਵਿੱਚ ਇੱਕ ਨਵੀਂ ਲਹਿਰ ਵੀ ਖੜੀ ਹੋ ਸਕਦੀ ਹੈ ਤੇ ਜਾਂ ਫਿਰ ਮਤਲਬ ਕਿ ਸਰਕਾਰ ਜੇਕਰ ਇਸ ਮਸਲੇ ਤੇ ਹੁਣ ਸ਼ਕਤੀ ਨਾਲ ਹੈ ਤਾਂ ਕੁਝ ਕਾਲੀਆਂ ਪੇਡਾਂ ਜੇ ਇਸ ਖੇਤਰ 'ਚ ਵੀ ਹੈਗੀਆਂ ਤਾਂ ਉਜਾਗਰ ਵੀ ਹੋ ਸਕਦੀਆਂ ਸੋ ਇਸ ਲਈ ਐਨਆਈਏ ਤੇ ਕੱਲ੍ਹ ਵਾਲੇ ਛਾਪੇ ਖੂਬ ਚਰਚਾ 'ਚ ਨੇ ਕਿ ਭਾਈ ਉਹਨਾਂ ਨੇ ਜਿਹੜੇ ਇਹ ਰੇਡ ਮਾਰੀ ਹੈ ਇਸ ਨੂੰ ਲੈ ਕੇ ਐਡਵੋਕੇਟ ਜਿਹੜੀ ਸ਼ੈਲੀ ਸ਼ਰਮਾ ਉਹ ਉਹ ਖਾਸਾ ਆ ਮਾਮਲਾ ਮਤਲਬ ਜਿਆਦਾ ਚਰਚਾ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਹੁਣ ਸਵਾਲ ਇਹ ਨੇ ਕਿ ਕੀ ਇਹ ਸੱਚਮੁੱਚ ਇਸੇ ਤਰ੍ਹਾਂ ਗੈਂਗਸਟਰਾਂ ਦਾ ਕਾਰੋਬਾਰ ਇਹਨਾਂ ਦਾ ਹੀ ਹੁੰਦਾ ਹੈ ਜਾਂ ਨਹੀਂ ਹੁੰਦਾ ਇਹ ਹੁਣ ਜਾਂਚ ਦਾ ਵਿਸ਼ਾ ਹੈ ਤੇ ਪਰ ਉਧਰ ਵਕੀਲਾਂ ਦੀ ਹੜਤਾਲ ਨੇ ਇੱਕ ਵਾਰ ਫਿਰ ਇਸ ਮਸਲੇ ਨੂੰ ਨਵੇਂ ਮੋੜ ਵੱਲ ਵੀ ਲੈ ਜਾਂਦਾ ਤੇ ਪੁਲਿਸ ਦੀ ਵੀ ਮਤਲਬ ਕਿ ਮਤਲਬ ਕਿ ਸ਼ਹਿ ਪ੍ਰਾਪਤ ਹੋ ਜਾਂਦੀ ਹੈ ਇਸ ਮਸਲੇ ਤੇ ਵਕੀਲਾਂ ਨੂੰ ਕਿ ਠੀਕ ਹੈ ਕਿਉਂਕਿ ਉਹਦੇ ਨਾਲ ਉਹਨਾਂ ਦੀ ਵੀ ਚਮੜੀ ਬਚਨ ਦੀ ਉਮੀਦ ਬਣਦੀ ਹੈ ਸੋ ਕਿਤਨਾ ਕਿਤੇ ਇਹ ਜਿਹੜਾ ਗੱਠਜੋੜ ਹੈ ਉਸ ਤੇ ਗੱਠਜੋੜ ਚ ਕਿ ਨਵੀਂ ਕੜੀ ਵੱਜੋ ਐ ਨਹੀਂ ਦਿਖ ਰਹੀ ਹੈ ਕਿ ਕਿਤੇ ਵਕੀਲਾਂ ਦੀ ਭੂਮਿਕਾ ਤਾਂ ਨਹੀਂ ਹੁਣ ਗੈਂਗਸਟਰਾਂ ਦਾ ਕੰਮ ਨੂੰ ਵਾਧਾ ਦੇਣ ਦੇ ਵਿੱਚ ਉਹਨਾਂ ਦੇ ਫਲਾਕ ਕਰਨ ਦੇ ਵਿੱਚ ਸੋ ਇਹ ਜਾਂਚ ਨੇ ਕਿਤਨਾ ਕਿਤੇ ਨਵਾਂ ਇੱਕ ਤੱਤ ਵੀ ਸਾਹਮਣੇ ਲਿਆਉਂਦਾ ਨਵਾਂ ਪਹਿਲੂ ਵੀ ਲਿਆਉਂਦਾ ਨਵੀਂ ਸੋਚ ਤੇ ਨਵਾਂ ਸਵਾਲ ਵੀ ਖੜਾ ਕੀਤਾ ਹੈ ਉੱਥੇ ਵਕੀਲਾਂ ਦੇ ਵਿੱਚ ਫਿਕਰਮੰਦੀ ਹੈ ਕਿ ਕੱਲੂ ਇਹ ਸਾੜ ਦੇ ਜੀ ਕਿਤੇ ਹਰੇਕ ਵਕੀਲ ਨੂੰ ਨਾ ਤੰਗ ਕਰਨ ਲੱਗ ਜਾਣ ਹਰੇਕ ਵਕੀਲ ਤੇ ਨજર ਸਾਨੀ ਨਾ ਹੋ ਜਵੇ ਹਰੇਕ ਵਕੀਲਾ ਦੀ ਸੋ ਇਸ ਲਈ ਵਕੀਲਾਂ ਦੇ ਮਤਲਬ ਕਿ ਕੰਮ ਦੇ ਉੱਤੇ ਸਵਾਲ ਖੜਾ ਕਰਨ ਨਾਲ ਤੁਸੀਂ ਉਸ ਪੂਰੇ ਭਾਈਚਾਰੇ ਨੂੰ ਬਦਨਾਮ ਕਰਨ ਵੱਲ ਵੀ ਤੁਰਨਾ ਨਾ ਤੁਰ ਪੋ ਇਹ ਵੀ ਫਿਕਰਮੰਦੀ ਖੜੀ ਹੈ ਜੀ ਪਰ